ਇਹ ਉਹਨੂੰ ਕਹੂੰਗਾ ਚੰਨੀ ਸਾਹਿਬ ਕਿ ਤੂੰ ਵੋਟ ਤੈਨੂੰ ਪਾ ਦਾਂਗੇ ਐਂ ਕਰ ਉਲਟਾ ਖੜ ਜਾ ਐਸੇ ਤਪੂਸੀਆਂ ਮਾਰ ਲੱਗ ਜਾ ਇੱਥੇ ਤਪੂਸੀਆਂ ਮਾਰ ਲੱਗ ਜਾ ਉਹ ਇਹਨੂੰ ਇੰਨਾ ਚਾਹ ਚੜੇ ਪੈ ਰਾਤ ਨੂੰ ਹੀ ਕਹਿੰਦਾ ਹੈ ਹੈਲੀਕਾਪਟਰ ਵਾਲੇ ਨੂੰ ਬੁਲਾਇਆ ਕਿ ਰਾਤ ਨੂੰ ਉੱਤੇ ਹੀ ਰੱਖੀਂ ਆਪਾਂ ਰਸੋਵਾਂਗੇ ਉੱਤੇ ਆ ਕਿਉਂਕਿ ਐਨਾ ਦਿਨ ਘਟੀ ਜਾਂਦੇ ਉਹਦੇ ਉਹਦੇ ਇੱਕ ਦਿਨ ਘਟੀ ਜਾਂਦੇ ਹੈ ਪਿਛਲੀ ਵਾਰ ਤਾਂ ਪੈਜਵਰ ਕੀਤਾ ਜਾ ਸਕਦੀ ਉਹ ਵੀ ਨਹੀਂ ਕੀਤਾ ਹੁਣ ਆ ਮੁੱਖ ਮੰਤਰੀ ਦੋ ਕਹੂਗਾ ਮੈਂ ਮੰਜੇ ਬੁੰਦਾ ਜੀ ਮੈਂ ਧਾਰਾ ਕੱਟ ਸਕਦਾ ਜੀ ਮੈਂ ਸਬਜੀ ਵੇਚਦਾ ਰੇ ਆ ਜੀ ਮੁੱਖ ਮੰਤਰੀ ਤੋਂ ਆਪਾਂ ਧਾਰਾ ਤਾਂ ਨਹੀਂ ਕਟਾਉਣੀ ਆਇਆ ਆਪਾਂ ਤਾਂ ਡਿਵੈਲਪਮੈਂਟ ਕਰਾਉਣੀ ਆ ਰਿਕਸ਼ਾ ਵੀ ਚਲਾ ਲੈਂਦਾ ਮੈਨੂੰ ਐਸਐਸਪੀ ਦੱਸਦਾ ਸੀ ਰੋਪੜ ਵਾਲਾ ਕਹਿੰਦਾ ਸਾਡੇ ਥਾਣੇ ਆ ਗਿਆ ਤੇ ਥਾਣੇ ਉਹ ਬਲਾਲੇ ਸਾਰੇ ਇੱਕ ਇੱਕ ਆਪਰ ਟੈਕ ਕਰਨ ਵਾਸਤੇ ਕੈਦੀ ਬੈਠੇ ਸੀ ਸਲਾਕਾਂ ਦੇ ਪਿੱਛੇ ਉਹ ਕਹਿੰਦਾ ਕੈਦੀਆਂ ਨੂੰ ਬੁਲਾਇਆ ਹਾਂ ਦੋਸਤੋ ਕਿਵੇਂ ਆਏ ਹੋ ਉਹ ਕਹਿੰਦੇ ਸੀ ਜੇਬ ਕਤਰੇ ਸੀ ਕਹਿੰਦਾ ਮੈਂ ਵੀ ਹੁੰਦਾ ਸੀ ਤੁਹਾਡਾ ਭਾਈ ਚਰਾ ਉਹਦਾ ਤਾਂ ਮੁੱਖ ਮੰਤਰੀ ਐ ਇਹਨੂੰ ਮੁੱਖ ਮੰਤਰੀ ਕਾਂਗਰਸੀ ਨਹੀਂ ਮੰਨਦੇ ਚੰਨੀ ਉਹ ਕਹਿੰਦਾ ਕੇਗਾ ਜਿਹੜਾ ਹੈਗਾ ਨਵਜੋਤ ਸਿੰਘ ਉਹ ਚੰਨੀ ਨੂੰ ਮੈਂ ਆ ਗਿਆ ਚੰਨੀ ਨੂੰ ਪਿਆ ਗਿਆ ਉਹਨੂੰ ਤਾਂ ਮੰਨਦੇ ਨਹੀਂ ਕੋਈ ਤੇ ਬਣਾਉਣਾ ਵੀ ਇਹਦਾ ਦਾ ਲੱਗ ਗਿਆ ਜਿਵੇਂ ਕੋਈ ਐਸਐਸਪੀ ਬਦਲ ਜਾਂਦਾ ਨਾ ਐਸਪੀ ਨੂੰ ਚਾਰ ਜ਼ਿਲ੍ਹੇ ਦਾ ਦੇ ਦਿੰਦਾ ਹੈ ਇਹਦਾ ਟੈਂਪਰੀ ਚਾਰ 2 ਮਹੀਨੇ ਵਾਸਤੇ ਹੈ ਉਹ ਇਹਨੂੰ ਇੰਨਾ ਚਾਹ ਜੜੇ ਪੈ ਰਾਤ ਨੂੰ ਹੀ ਕਹਿੰਦਾ ਹੈ ਹੈਲੀਕਾਪਟਰ ਵਾਲੇ ਨੂੰ ਬੁਲਾਇਆ ਕਿ ਰਾਤ ਨੂੰ ਉੱਤੇ ਹੀ ਰੱਖੀ ਆਪਾਂ ਰਸੋਵਾਂਗੇ ਉੱਤੇ ਆ ਕਿਉਂਕਿ ਐਨਾ ਦਿਨ ਘਟੀ ਜਾਂਦੇ ਉਹਦੇ ਉਹਦੇ ਇੱਕ ਦਿਨ ਘਟੀ ਜਾਂਦੇ ਝੂਠ ਜਨੇ 26000 ਕਰੋੜ ਦੇ ਐਲਾਨ ਕਰ ਗਿਆ 1 ਮਹੀਨੇ 26000 ਕਰੋੜ ਦੇ ਬਾ ਯੂਨਿورسٹی ਤੁਸੀਂ ਜੋ ਮੰਗੋ ਜੇ ਉਹ ਨੂੰ ਕਹੂੰਗਾ ਚੰਨੀ ਸਾਹਿਬ ਕਿ ਤੂੰ ਵੋਟ ਤੈਨੂੰ ਪਾ ਦਾਂਗੇ ਐਂ ਕਰ ਉਲਟਾ ਖੜ ਜਾ ਐਸੇ ਤਪੂਸੀਆਂ ਮਾਰ ਲੱਗ ਜਾਂਦੀ ਥੱਟ ਪੂਸੀਆਂ ਮਾਰ ਲੱਗ ਜੂ ਅਬ 7-8 ਦਿਨ ਦੀ 6-7 ਦਿਨ ਦੀ ਗੱਲ ਆ ਮੈਂ ਭਦੌੜ ਸੀ ਬਹੁਤ ਵੱਡੀ ਰੈਲੀ ਸੀ ਮੈਂ ਰੋਡ ਸ਼ੋਅ ਦੇ ਟੱਪਰੇ ਸੀ ਨਾਲ ਡੀਐਸਡੀਐਮ ਦਾ ਦਫਤਰ ਸੀ ਉੱਥੇ ਕਾਫੀ ਰੌਲਾ ਪਈ ਜਾਂਦਾ ਸੀ ਨਾਰੇ ਲੱਗ ਜਾਂਦੇ ਸੀ ਮੈਂ ਸਮਝੇ ਕਿ ਸ਼ਾਇਦ ਕੋਈ ਸਰਕਾਰ ਫੀਚਰ ਟੂਚਰ ਦਾ ਰੌਲਾ ਮੈਂ ਕਿਹਾ ਮੇਰੇ ਨਾਲ ਚਲੇ ਕੌਣ ਹੈ ਕਹਿੰਦੇ ਕਾਂਗਰਸੀ ਸਰਪੰਚ ਹੈ ਜੀ ਰੌਲਾ ਪਾਈ ਜਾਂਦੇ ਐ ਐਸਡੀਐਮ ਦੇ ਮੈਂ ਕਿਹਾ ਸਰਕਾਰ ਉਹਨਾਂ ਦੀ ਕਾਂਗਰਸੀ ਸਰਪੰਚ ਕਿਉਂ ਰੌਲਾ ਪਾ ਰਿਹਾ ਉਹ ਕਹਿੰਦੇ ਜੀ ਚੰਨੀ ਸਾਹਿਬ ਇੱਥੇ ਆਏ ਸੀ 25 ਕਰੋੜ ਦਾ ਭੜੋੜ ਹਲਕੇ ਦਾ ਐਲਾਨ ਕਰਕੇ ਮੈਂ ਸਾਰੇ ਪਿੰਚੇ ਪੰਚਾਇਤਾਂ ਨੂੰ 25 ਕਰੋੜ ਰੁਪਏ ਐਲਾਨ ਕਰਦੇ ਤੇ 7-8 ਦਿਨ ਬਾਅਦ ਐਸਡੀਐਮ ਨੇ ਬੁਲਾ ਲਿਆ ਉਹਨਾਂ ਨੂੰ ਤੇ ਸਾਰੇ ਕਾਂਗਰਸੀ ਸਰਪੰਚਾਂ ਨੂੰ ਬੁਲਾ ਲਿਆ ਤੇ ਕਿਹਾ ਯਾਰ 25 ਕਰੋੜ ਤਾਂ ਨਹੀਂ ਹੋਣਾ ਕਰੋੜ ਆਊਗਾ ਤੁਸੀਂ ਵੰਡ ਲਓ ਆਪਣੇ ਵਿੱਚ ਉਹ ਕਹਿੰਦੇ ਸੀ ਲੈਣਾ ਹੀ ਨਹੀਂ ਕਰੋੜ ਤੇ ਉਹਦੇ ਨਾਰੇ ਲਾਉਣ ਲੱਗ ਗਏ ਉਹਦੇ ਆ ਜਿਹੜੇ ਹੈਗੇ ਮਹੀਨੇ ਆ ਜਿਹੜਾ ਮਹੀਨਾ 15 20 ਤਾਂ 20 ਦਿਨ ਰਹਿ ਗਏ 20 ਦਿਨ ਵੀ ਕੱਟੀ ਐ ਜਿਤਰੋਂ ਜਿੱਤੀ ਹੋਈ ਬੈਠੇ ਐ ਇਹਨਾਂ ਦੇ ਹਲੇ ਤਾਂ ਪਟਾਕੇ ਪੈਣੇ ਆ ਜੋ ਟਿਕਟਾਂ ਦੀ ਵਾਰੀ ਆਈ